ਇੰਡੀਆ ਗੜਜੋੜ ਦੀ ਦਿੱਲੀ 'ਚ ਰੈਲੀ ਬਾਅਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆਪ ਅਤੇ ਕਾਂਗਰਸ ਹੈ। ਖਾਸ ਕਰ ਰਾਹੁਲ ਗਾਂਧੀ ਅਤੇ ਸੀਐਮ ਮਾਨ ਦੀਆਂ ਸਟੇਜ 'ਤੇ ਇਕੱਠਿਆਂ ਦੀਆਂ ਤਸਵੀਰਾਂ ਵਿਵਾਦ ਦਾ ਮੁੱਦਾ ਨੇ। ਹਰਸਿਮਰਤ ਬਾਦਲ ਨੇ ਇਸ ਬਹਾਨੇ ਦੋਵਾਂ ਪਾਰਟੀਆਂ ਨੂੰ ਕੋਸਿਆ। ਉਹਨਾਂ ਦਿੱਲੀ 'ਚ ਸ਼ਰਾਬ ਨੀਤੀ ਨੂੰ ਲੈ ਕੇ ਬੀਜੇਪੀ ਨੂੰ ਵੀ ਪੁੱਛਿਆ ਕਿ ਪੰਜਾਬ 'ਚ ਜਾਂਚ ਕਿਉਂ ਨਹੀਂ। ਸਾਰੀ ਦਿੱਲੀ ਦੀ ਪਾਰਟੀਆਂ ਰਲੀਆਂ ਹੋਈਆਂ ਨੇ, ਇਹ ਇਕੱਲੇ ਪੰਜਾਬ ਨੂੰ ਵੋਟਾਂ ਵਾਸਤੇ ਵਰਤਦੀਆਂ ਨੇ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਫਾਇਦਾ ਕਰਦੀਆਂ ਨੇ। ਅੱਜ ਜਿਹੜੇ ਕਾਂਗਰਸੀ ਭਾਜਪਾ ਨੂੰ ਗਾਲ ਕੱਢਦੇ ਸੀ, ਆਹ ਭਾਜਪਾ ਤੇ ਕਾਂਗਰਸ ਇੰਨੀ ਰਲੇ ਹੋਏ ਨੇ ਕਿ ਸਾਰੀ ਟਿਕਟਾਂ ਹੀ ਕਾਂਗਰਸੀਆਂ ਨੂੰ ਜਾ ਰਹੇ ਨੇ, ਬੁਢਾਪੇ ਭਾਜਪਾ ਨੂੰ ਤਾਂ ਦਿਖੀ ਨਹੀਂ ਆ। ਮੈਂ ਤਾਂ ਕਹਿ ਸਕਦੀ ਹਾਂ ਕਿ ਭਾਜਪਾ ਹੀ ਨਵੀਂ ਕਾਂਗਰਸ ਬਣ ਗਈ ਹੈ। ਪੁਰਾਣੀ ਕਾਂਗਰਸ 'ਚ ਇੰਨੀ ਫੁੱਟ ਹੈ ਕਿ ਇੱਕ ਦੂਜੇ ਦੀ ਲੱਤਾਂ ਖਿੱਚਣ ਤਾਂ ਇਹਨਾਂ ਨੂੰ ਸਮਾਂ ਨਹੀਂ। ਤੇ ਜਿਹੜਾ ਕਾਂਗਰਸ ਪਾਰਟੀ ਨੇ ਦਿੱਲੀ ਦੇ ਸ਼ਰਾਬ ਘੁਟਾਲੇ ਦੀ ਕੰਪਲੇਂਟ ਕੀਤੀ ਸੀ ਏਜੰਸੀਆਂ ਨੂੰ ਕੇਜਰੀਵਾਲ ਦੇ ਖਿਲਾਫ, ਤੇ ਏਜੰਸੀਆਂ ਨੇ ਕੇਜਰੀਵਾਲ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਹੈ। ਅੱਜ ਉਹੀ ਕਾਂਗਰਸ ਇੱਕ ਕੱਟਰ ਬੇਈਮਾਨ ਦੇ ਹੱਕ 'ਚ, ਮੈਂ ਤਾਂ ਪਹਿਲੀ ਵਾਰੀ ਸੁਣੇ ਕਿ ਭ੍ਰਿਸ਼ਟਾਚਾਰ ਦੇ ਹੱਕ 'ਚ ਧਰਨੇ ਮਾਰ ਰਹੀ ਹੈ, ਤੇ ਭਗਵੰਤ ਮਾਨ ਕੇ ਰਾਹੁਲ ਗਾਂਧੀ ਦੇ ਨਾਲ ਸਟੇਜ ਸਾਂਝੀ ਕਰ ਰਿਹਾ, ਤੇ ਇੱਥੇ ਕਹਿ ਰਿਹਾ ਸੀ ਪੰਜਾਬ 'ਚ ਅਸੀਂ ਅੱਡ। ਮਤਲਬ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਸਿੱਟਣ ਤੋਂ, ਝੂਠ ਮਾਰਨ ਤੋਂ ਹਟਦੇ ਨਹੀਂ। ਇਹ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੀ ਸ਼ਰਾਬ ਦਾ ਘਪਲਾ ਦਿੱਲੀ 'ਚ ਹੋਇਆ ਹੈ, ਇਹਨੇ ਕਿੰਨੇ ਪੈਸੇ ਕਮਾਏ ਨੇ, ਕਿਉਂਕਿ ਉਹੀ ਘਪਲਾ ਪੰਜਾਬ 'ਚ ਹੋਇਆ ਹੈ। ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ, ਜੇ ਤੁਸੀਂ ਕੇਜਰੀਵਾਲ ਨੂੰ ਫੜ ਕੇ ਅੰਦਰ ਕੀਤਾ, ਤੁਸੀਂ ਭਗਵੰਤ ਮਾਨ ਦੇ ਉੱਤੇ ਕਿਉਂ ਮਿਹਰਬਾਨ ਹੋ? ਉਹੀ ਐਕਸ਼ਨ ਪੰਜਾਬ ਦੇ ਉੱਤੇ ਕਿਉਂ ਨਹੀਂ ਲਿੱਤਾ ਜਾ ਰਿਹਾ ਜਦ ਉਹੀ ਪਾਲਿਸੀ ਉਹੀ ਬੰਦਿਆਂ ਨੇ ਪੰਜਾਬ 'ਚ ਲਾਗੂ ਕੀਤਾ ਹੈ?